welcome back to News TV 84 Break. The Barhuna Sigal Bat Karange, a media personality from Toronto, Canada, Sardar Harpreet Singh Jina, Jurikis Vilasana, phone line te Jurchukini. GVG, Vaigurji ka Khalsa, Vaigurji ki Fateh. ਜੀ ਟੀਵੀ 84 ਦੇ ਸਮੂਹ ਸਰੋਤਿਆਂ ਨੂੰ ਔਰ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਜਿਸ ਤਰ੍ਹਾਂ ਮੌਜੂਦਾ ਅਕਾਲੀ ਸਰਕਾਰ ਦੀਆਂ ਗੈਰ ਪੰਥਕ ਅਤੇ ਪੰਜਾਬ ਵਿਰੋਧੀ ਕਾਰਵਾਈਆਂ ਕਾਰਨ ਵਿਦੇਸ਼ੀ ਸਿੱਖਾਂ ਨੇ, ਚਾਹੇ ਉਹ ਕੈਨੇਡਾ ਵਿੱਚ ਸੀਗੇ ਜਾਂ ਅਮਰੀਕਾ ਦੇ ਵਿੱਚ, ਉਹਨਾਂ ਨੇ ਅਕਾਲੀ ਵਫਦਾਂ ਨੂੰ ਮੂੰਹ ਨਹੀਂ ਲਗਾਇਆ ਤੇ ਭਾਰੀ ਵਿਰੋਧ ਵੀ ਕੀਤਾ। ਤੁਹਾਡੇ ਕੋਲ ਅਸੀਂ ਅੱਜ ਜਾਣਨਾ ਚਾਹਾਂਗੇ ਕਿ ਅਕਾਲੀਆਂ ਦਾ ਕੈਨੇਡਾ ਦਾ ਦੌਰਾ ਕਿਵੇਂ ਰਿਹਾ ਅਤੇ ਟੋਰਾਂਟੋ ਦੇ ਵਿੱਚ ਐਗਜ਼ੈਕਟਲੀ ਕੀ ਵਾਪਰਿਆ। ਜੀ ਬਹੁਤ ਸੰਖੇਪ ਜਿਹਾ ਸਵਾਲ ਤੁਹਾਡਾ, ਔਰ ਮੇਰਾ ਖਿਆਲ ਕਿ ਸਾਡੇ ਜਿੰਨੇ ਵੀ ਦਰਸ਼ਕ ਨੇ ਜਾਂ ਸਰੋਤੇ ਨੇ ਟੀਵੀ 84 ਦੇ, ਜੀ ਉਹਨਾਂ ਨੇ ਇਹ ਸਾਰਾ ਨਾਰਥ ਅਮਰੀਕਾ ਦਾ ਦੌਰਾ ਜੋ ਅਕਾਲੀ ਦਲ ਦੇ ਉਹਨਾਂ ਦੇ ਵੱਲੋਂ ਇੱਕ ਟ੍ਰਾਇਲ ਬੈਲੂਨ ਛੱਡਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਦੇਖਦੇ ਹਾਂ ਕਿ ਜੇਕਰ ਜਿਹੜੇ ਦੂਸਰੀ ਤੀਸਰੀ ਕਤਾਰ ਦੇ ਲੀਡਰ ਨੇ ਉਹਨਾਂ ਨੂੰ ਜਦੋਂ ਅਸੀਂ ਬਾਹਰ ਭੇਜਦੇ ਹਾਂ ਤੇ ਉਹ ਕਿਹੋ ਜਿਹਾ ਰਿਸਪੋਂਡ ਜਿਹੜੀ ਬਾਹਰਲੀ ਸੰਗਤ ਹੈ ਉਹ ਕਰਦੀ ਆ। ਹਾਂਜੀ, ਔਰ ਤਾਂ ਕਿ ਉਹ ਜਿਹੜਾ ਜੇਕਰ ਰਿਸਪੋਂਸ ਵਧੀਆ ਮਿਲਦਾ ਤੇ ਹੋ ਸਕਦਾ ਜਿਹੜੀਆਂ ਉੱਪਰਲੀਆਂ ਕਤਾਰਾਂ ਦੇ ਸੁਖਬੀਰ ਸਿੰਘ ਬਾਦਲ ਵਰਗੇ ਜਾਂ ਪ੍ਰਕਾਸ਼ ਬਾਦਲ ਵਰਗੇ ਜਿਹੜੇ ਲੋਕ ਨੇ ਉਹਨਾਂ ਦਾ ਵੀ ਰਾਹ ਜਿਹੜਾ ਹੈਗਾ ਉਹ ਖੁੱਲਦਾ, ਕਿਉਂਕਿ ਉਹਨਾਂ ਦੇ ਵਿੱਚ ਅਜੇ ਇੰਨੀ ਕੁ ਹਿੰਮਤ ਹੈ ਕਿ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਵੱਸ ਰਹੇ ਜਿਹੜੇ ਸਿੱਖ ਨੇ, ਮੈਂ ਸਿੱਖਾਂ ਦੇ ਨਾਲ ਜੇਕਰ ਇਹ ਲਾ ਦਵਾਂ ਕਿ ਜਾਗਰੂਕ ਸਿੱਖ ਨੇ, ਉਹਨਾਂ ਦਾ ਸਾਹਮਣਾ ਕਰਨਾ ਉਹਨਾਂ ਦੇ ਵੱਸ ਦੀ ਅਜੇ ਗੱਲ ਨਹੀਂ ਹੈਗੀ। ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਇਹ ਸੁਣਿਆ ਹੋਏਗਾ ਕਿ ਸੁਖਬੀਰ ਦੀ ਜਿਸ ਤਰੀਕੇ ਦੇ ਨਾਲ ਮੀਡੀਆ ਨਾਲ ਗੱਲਬਾਤ ਹੁੰਦੀ ਆ, ਬਹੁਤ ਨੋਨ ਸੀਰੀਅਸ ਹੋ ਕੇ ਉਹ ਗੱਲਾਂ ਕਰਦਾ। ਮੇਰਾ ਖਿਆਲ ਉਸ ਤਰੀਕੇ ਦੀਆਂ ਗੱਲਾਂ ਉਹਨੂੰ ਵੀ ਪਤਾ, ਸੁਖਬੀਰ ਬਾਦਲ ਨੂੰ ਵੀ ਪਤਾ ਤੇ ਪ੍ਰਕਾਸ਼ ਬਾਦਲ ਨੂੰ ਵੀ ਪਤਾ ਜੀ ਕਿ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੋਏ ਜਿਹੜੇ ਸਿੱਖ ਨੇ ਉਹ ਉਸ ਤਰੀਕੇ ਦੀ ਜਿਹੜੀ ਹੈਗੀ ਆ ਉਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਨਾ ਹੀ ਉਹ ਚੀਜ਼ਾਂ ਨੂੰ ਐਕਸੈਪਟ ਕਰਨਗੇ। ਰੀਜ਼ਨ ਇਹ ਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਜਿੰਨੇ ਸਿੱਖ ਨੇ ਉਹ ਸੂਝਵਾਨ ਤੇ ਹੈ ਹੀ ਨੇ, ਪਰ ਨਾਲ ਦੀ ਨਾਲ ਉਹ ਇੱਕ ਆਜ਼ਾਦੀ ਦੇ ਮਾਹੌਲ ਦੇ ਵਿੱਚ ਵਿਚਰ ਰਹੇ ਨੇ ਔਰ ਉਹ ਦੇਖ ਰਹੇ ਨੇ ਕਿ ਗਵਰਨੈਂਸ ਕੀ ਆ ਅਸਲ ਦੇ ਵਿੱਚ, ਜਿਹੜੀ ਪ੍ਰਬੰਧਕੀ ਨਿਜ਼ਾਮ ਉਹ ਕਿਹੋ ਜਿਹਾ ਹੁੰਦਾ, ਪ੍ਰਬੰਧ ਕਰਨ ਵਾਲਾ ਜਿਹੜਾ ਨਿਜ਼ਾਮ ਉਹਦੀ ਸ਼ਕਲ, ਉਹਦੀ ਸੂਰਤ, ਉਹਦੀ ਰੂਪ ਰੇਖਾ ਕਿਹੋ ਜਿਹੀ ਹੁੰਦੀ ਆ, ਜਿਹੜੀ ਕਿ ਪੰਜਾਬ ਦੇ ਵਿੱਚ ਬਿਲਕੁਲ ਮਨਫੀ ਹੋ ਚੁੱਕੀ ਆ। ਹੰਕਾਰ ਤੋਂ ਇਲਾਵਾ ਉਹਨਾਂ ਦੇ ਕੋਲ ਹੋਰ ਕੋਈ ਤੀਸਰੀ ਚੀਜ਼ ਜਿਹੜੀ ਹੈਗੀ ਆ ਉਹ ਨਹੀਂ ਹੈ। ਗੱਲਾਂ ਬਥੇਰੀਆਂ ਕਰਦੇ ਨੇ ਕਿ ਸਾਡੇ ਕੋਲ ਪਾਲਿਸੀਆਂ ਨੇ, ਪਰ ਕੋਈ ਵੀ ਪਾਲਿਸੀ ਉਹਨਾਂ ਦੇ ਕੋਲ ਮੈਨੂੰ ਨੀ ਅਜੇ ਤੱਕ ਲੱਗਦਾ ਕਿ ਕਿਸੇ ਵੀ ਖੇਤਰ ਦੇ ਵਿੱਚ ਉਹਨਾਂ ਦੇ ਕੋਲ ਹੈਗੀ ਆ। ਹਾਂਜੀ, ਹੁਣ ਕੀ ਹੋਇਆ ਸਾਰਾ ਕੁਛ ਜੇਕਰ, ਕਿਉਂਕਿ ਟੋਰਾਂਟੋ ਦੀਆਂ ਜਿੰਨੀਆਂ ਵੀ ਗੱਲਾਂ ਬਾਤਾਂ ਹੋਈਆਂ ਨੇ ਉਹ ਮੇਰੀਆਂ ਅੱਖਾਂ ਦੇ ਅੱਗਿਓਂ ਗੁਜ਼ਰੀਆਂ ਨੇ। ਮੈਂ ਆਪ ਖੁਦ ਉਸ ਜਿਹੜੀ ਇਹਨਾਂ ਦੀ ਸੋ ਕਾਲਡ ਮਿਲਣੀ ਸੀ ਜਾਂ ਕਾਨਫਰੰਸ ਕਹਿ ਲਓ, ਰੈਲੀ ਤਾਂ ਨਹੀਂ ਕਹਿ ਸਕਦੇ, ਕਾਨਫਰੰਸ ਕਹਿ ਲਓ, ਇਹਨਾਂ ਨੂੰ ਇਹਨਾਂ ਨੇ ਬਾਰ ਬਾਰ ਉਹਨੂੰ ਮਿਲਣੀ ਦਾ ਰੂਪ ਦਿੱਤਾ ਕਿ ਹਾਂ ਅਸੀਂ, ਤੁਸੀਂ ਇੱਥੇ ਆਓ ਤੇ ਅਸੀਂ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਸੁਣਾਂਗੇ। ਪਹਿਲੀ ਗੱਲ ਇਹ ਆ ਕਿ ਤੁਸੀਂ ਇੱਥੇ ਆਇਓ, ਸਮੱਸਿਆਵਾਂ ਸਾਡੀਆਂ ਨੀ, ਸਮੱਸਿਆਵਾਂ ਤੁਹਾਡੀਆਂ ਨੇ। ਉਹ ਹਾਂਜੀ, ਸਮੱਸਿਆਵਾਂ ਸਾਡੀਆਂ ਇਕੱਲੀਆਂ ਇਹ ਨੀ ਹੈਗੀਆਂ ਕਿ ਸਾਡੀਆਂ ਜ਼ਮੀਨਾਂ ਦੇ ਉੱਤੇ ਤੁਹਾਡੇ ਜਿਹੜੇ ਡਾਕੂ ਨੇ ਉਹ ਕਾਬਜ਼ ਹੋ ਕੇ ਬੈਠੇ ਹੋਏ ਨੇ। ਹਾਂਜੀ, ਸਮੱਸਿਆਵਾਂ ਇਹ ਨੀ ਕਿ ਸਾਨੂੰ ਸਿਰਫ ਵੀਜ਼ੇ ਨੀ ਮਿਲਦੇ, ਸਮੱਸਿਆਵਾਂ ਇਹ ਨੀ ਨੇ ਕਿ ਉੱਥੇ ਜਿਹੜਾ ਕਰਪਸ਼ਨ ਜ਼ਿਆਦਾ, ਸਮੱਸਿਆਵਾਂ ਬਹੁਤ ਸਾਰੀਆਂ ਨੇ। ਸਮੱਸਿਆਵਾਂ ਇੱਕ ਤਾਂ ਸਮੁੱਚੀ ਜੋ ਪੰਜਾਬੀ ਜਿਹੜੀ ਕੌਮ ਹੈ ਉਹਦੀਆਂ, ਔਰ ਦੂਸਰੀਆਂ ਸਮੱਸਿਆਵਾਂ ਸਿੱਖਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ। ਜੇਕਰ ਅਸੀਂ ਇਹ ਦੇਖਿਆ ਹੋਵੇ ਕਿ ਮੋਸਟਲੀ ਜਿਹੜਾ ਪ੍ਰਦਰਸ਼ਨਕਾਰੀ ਸੀਗੇ ਉਹ ਸਿੱਖ ਸਨ, ਜਦੋਂ ਅਸੀਂ ਪੰਜਾਬੀ ਉਹਦੇ ਵਿੱਚ ਲੈਂਦੇ ਹਾਂ, ਪੰਜਾਬੀ ਦੇ ਵਿੱਚ ਸਾਰੇ ਆ ਜਾਂਦੇ ਨੇ, ਹਿੰਦੂ ਨੇ, ਸਿੱਖ ਨੇ, ਮੁਸਲਮਾਨ ਨੇ, ਈਸਾਈ ਨੇ, ਸਾਰੇ ਆਉਂਦੇ ਨੇ, ਪਰ ਜਿਹੜੀਆਂ ਵੀ ਜਦੋਂ ਅਸੀਂ ਉਹ ਦੇਖਦੇ ਹਾਂ ਤੇ ਉਹਨਾਂ ਦੇ ਵਿੱਚ ਜਿਹੜਾ ਜ਼ਿਆਦਾ ਮਸਲੇ ਸੀਗੇ ਉਹ ਸਿੱਖਾਂ ਦੇ ਵੀ ਮਸਲੇ ਸਨ ਜੀ। ਉਹਨਾਂ ਸਿੱਖਾਂ ਦੇ ਮਸਲਿਆਂ ਦੇ ਵਿੱਚ ਜਿਵੇਂ ਬਾਪੂ ਸੂਰਤ ਸਿੰਘ ਖਾਲਸਾ ਉਹਨਾਂ ਦੀ ਭੁੱਖ ਹੜਤਾਲ ਦਾ ਇਸ਼ੂ ਉਹ ਵੀ ਹੈ, ਉਹਨਾਂ ਸਮੱਸਿਆਵਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਜਿਹੜੇ ਕੈਦੀ ਨੇ ਉਹਨਾਂ ਦਾ ਵੀ ਆ, ਉਹਨਾਂ ਸਮੱਸਿਆਵਾਂ ਦੇ ਵਿੱਚ, ਸਾਡੀਆਂ ਸਮੱਸਿਆਵਾਂ ਦੇ ਵਿੱਚ, ਈਵਨ ਇਹ ਵੀ ਹੈ ਕਿ ਅਕਾਲ ਤਖ਼ਤ ਨੂੰ ਤੁਸੀਂ ਗੁਲਾਮ ਕੀਤਾ ਹੋਇਆ, ਉਹਨਾਂ ਸਮੱਸਿਆਵਾਂ ਦੇ ਵਿੱਚ ਸਾਡਾ ਇਹ ਵੀ ਹੈ ਕਿ ਕਿੰਨੀ ਆਰਥਿਕਤਾ ਜਿਹੜੀ ਹੈਗੀ ਆ ਪੰਜਾਬ ਦੀ ਉਹ ਲੁੱਟ ਹੋ ਰਹੀ ਹੈ, ਕਿੰਨੀ ਇੰਡਸਟਰੀ ਜਿਹੜੀ ਹੈਗੀ ਆ ਉਹ ਪੰਜਾਬ ਦੇ ਵਿੱਚ ਆ ਸਕਦੀ ਸੀ ਜਿਹੜੀ ਨਹੀਂ ਆ ਰਹੀ, ਕਿੰਨੀਆਂ ਕੁ ਬਹੁਤ ਸਾਰੇ ਇਸ਼ੂ ਇਹੋ ਜਿਹੇ ਨੇ ਜਿਹੜੇ ਕਿ ਅਕਾਲੀ ਕਰ ਸਕਦੇ ਸੀ ਪਰ ਉਹਨਾਂ ਨੇ ਨਹੀਂ ਕੀਤਾ। ਜਿਵੇਂ
जो पिछली बार बीजेपी की 1998 बनी थी तो यह अकाली ने जिन्होंने बिना किसी शर्त तो उन्होंने समर्थन दिता सी। मैं उदों भी यह गल करता रहा कि इन्ने क सियासी तौर के उत्ते भी इन्ने क नखेत हो चुके ने अकाली कि वह कोई भी तुसी किते भी तुसी देखोगे तो सियासत दे विच जदों तुसी कोई चीज जां तुसी अपना समर्थन दिंदे आ तो उस समर्थन के इवज के वजो तुसी अपनी स्टेट के लिए तुसी अपने लोगों के लिए कुछ ना कोई चीज मंगते हो पर यह अकाली इन्ने क ना शुकरे ने अपनी कौम के लिए इन्ने क पंजाब के लिए अपनी धरती के लिए इन्ने ना शुकरे ने कि जिन्ना मैंडेट दिता गया सिखां दे वलों पंजाबियां दे वलों इन्होंने वो बिल्कुल खूह खाते पाया। हाँ जी इन्होंने कोई अपनी शर्त नहीं मनाई नहीं तो अदरवाइज तुसी यह देखोगे कि जिन्हें भी चाहे वह किसी भी पार्टी नाल संबंधित ने वह पहला यह गल करते हैं समर्थन असी तां देवांगे जेकर तुसी साडे लिए कोई चीज करोगे। इन्हां दे लई सिर्फ ते सिर्फ बादल परिवार तो अगे होर कोई चीज नहीं है। यही गल जिहड़ी हैगी आ उह मैं उत्थे कही भी सी। हाँ हुण मैं तुहानूं इह जरूर दसणा चाहवांगा कि उत्थे किहड़ी किहड़ी गल होई जदों असीं उत्थे एंटर कीते आ। सब तो पहली यह गल कि इन्हां दे जिहड़े बेअंत धालीवाल जिहड़े उन्हां दे कर्ता धरता ने कैनेडा दे विच उन्हां दे वलों पॉइंट आउट कीते गए बंदे कि आ फलाना बंदा होना चाहिए फलाना बंदा नहीं होना चाहिए। उस तो बाद जो इश्तिहार दिखाया गया उन्होंने पुलिस नूं भी कि देखो सानू इन्होंने इश्तिहार दे विच दस्या कि कोई भी बंदा उत्थे आ सकदा असीं अपने काम कार छड के उत्थे आए आ। हां जी और इस गल नूं मानदे हुए जिहड़ा जिहड़े उत्थों दे पुलिस के अधिकारी भी सन या पुलिस के मुलाजम सन उन्होंने यह गल कही उन्होंने इस गल अलाउ किया कि हां क्योंकि यह गल इश्तिहार दे विच कही यह गल उन्होंने रेडियो प्रोग्रामा दे विच बड़े उच्ची सुर दे विच कही सी कि वह एक पबलिक मीटिंग आ उत्थे तुहाडे जिहड़े दुख तकलीफां सुनिया जाणगियां ते उन्हां दे हल दे बारे जिहड़ा हैगा उह सोचिया जाएगा। हुण जदों उत्थे एंटर हुंदे ने बहुत सारे लोग अंदर सन बहुत सारे लोग अजे बाहर सन जिहड़े कि उन्हां तों सवाल करना चाहुंदे सन और उन्हां नूं पता सी कि सवाल जिहड़े ने तिखे होणगे सवाल जिहड़े जिवें आओ भगत वाले नहीं होणगे कि हांजी मेरी जमीन दे उत्ते कब्जा आ जां कुछ इस तरीके दे सवाल होणगे। सवाल उत्थे पंजाब दे हालातां दे बारे होणगे और पंजाब दे हालातां बारे जदों हालात जिहड़े सवाल होणगे ते बड़े तिखे होणगे जी। सो उस चीज नूं बचाउण दे लई जिवें इन्हां दी कारवाई हुंदी आ हमेशा कि किसे ना किसे तरीके दे नाल एक कागजी कारवाई पूरी कर ली जावे कि हां जी टेबल भरे हुए सन लोकां दी हाजरी सी उत्थे बहुत तकड़ा इकट्ठ सी लोकां नूं उत्थे सैटिस्फाई कीता गया उन्हां दे सवालां दे जवाब दे के। हां जी सो जदों ताडी उत्थों स्टेज तों उतरदे ने ते स्टेज काफी देर खाली रहिंदी आ उस तों बाद क्योंकि कोई आ नहीं सी रिहा कोई इस तरीके दे नाल नहीं कि स्टेज दे उत्ते किसे भी तरीके दे नाल कब्जा कीता गया क्योंकि कब्जा उदों हुंदा जदों एक ढेर उत्थे खड़ी होवे ते दूसरी अपने डौलियां दे बल दे उत्ते उत्थे कब्जा करदी आ। बिल्कुल इहो जी कोई स्थिति पैदा नहीं होई कोई भी इहो जी रिटालीएशन नहीं होई कि कोई भी इहो जी रेजिस्टेंस नहीं होई कोई भी किसे तरीके दा किसे ने मतलब कि विरोध नहीं कीता। जदों मैं गल शुरू कीती उदों मैं इह कही कि तुहानूं सारिआं नूं वेलकम है और असीं इत्थे आए आ असीं इन्हां नेतावां तों सिर्फ सवाल करन आए आ साडा आपस दे विच कोई वैर विरोध नहीं है जी। असीं अज इकट्ठे हो के आए आ अज असीं सारे इत्थे इस मंच दे उत्ते जां इस हाल दे विच इकट्ठे होए आ तां कि असीं इन्हां नूं सवाल कर सकीए। असीं बथेरे इन्हां नूं हार पा ले असीं बहुत वार इन्हां नूं कारां दे विच झूठे दवा चुके आ इन्हां नूं बहुत सैरां करवा चुके हैं समोसे खवा चुके हैं। आओ अज असीं इन्हां नूं सवाल करिए ते जेकर अज असीं सवाल नहीं ना कीते ते फिर असीं कदी ना कदी इह अपने आप नूं महसूस करांगे कि जदों इतिहास ने अपने आप नूं लिखिया ते इतिहास ने सानूं किसी दूसरे पलड़े दे विच शामिल होया दिखाउणा। और उस थां दे उत्ते जिवें मैं पहलां भी TV84 दे उत्ते भी बहुत सारी पंजाब दी आर्थिकता दे बारे गल कीती है कि पंजाब दा किन्ना पानी जिहड़ा हैगा नॉन रिपेरियन स्टेट्स नूं दित्ता गया जेकर एक पैसे नूं वी असीं पानी दिंदे तां किन्ना जिहड़ा रेवेन्यू आ पंजाब दे कोल इकट्ठा हो सकदा सी। उहनां दे विचों पंजाब दा कर्जा कढ के भी 6 लाख करोड़ दे करीब जिहड़ी
ਜਿਹੜਾ ਪੈਸਾ ਸੀ ਉਹ ਪੰਜਾਬ ਦੇ ਖਜ਼ਾਨੇ ਦੇ ਵਿੱਚ ਹੋਣਾ ਸੀ। ਉੱਥੇ ਨਸ਼ਿਆਂ ਦਾ ਕੀ ਹਾਲ ਹੈ, ਉੱਥੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਕੀ ਆ, ਉੱਥੇ ਸਿੱਖਾਂ ਦੇ ਨਾਲ ਕਿਹੋ ਜਿਹੇ ਧੱਕੇ ਹੋ ਰਹੇ ਨੇ, ਇਹਨਾਂ ਸਾਰੀਆਂ ਗੱਲਾਂ ਦਾ ਉੱਥੇ ਜ਼ਿਕਰ ਕੀਤਾ ਗਿਆ। ਉੱਥੇ ਜਿਹੜੀ ਪੋਲੀਟੀਕਲ ਇੱਕ ਖਾਸ ਕਿਸਮ ਦੀ ਜਿਹੜੀ ਇੱਕ ਬਰੁਟੈਲਿਟੀ ਵੀ ਹੈ ਔਰ ਬੁਲੀ ਵੀ ਹੈ, ਪੋਲੀਟੀਕਲ ਬੁਲੀ ਉੱਥੇ ਹੋ ਰਹੀ ਆ ਕਿ ਕਿਸੇ ਵੀ ਦੂਸਰੇ ਬੰਦੇ ਨੂੰ ਸਿਰ ਨਹੀਂ ਚੱਕਣ ਦਿੱਤਾ ਜਾ ਰਿਹਾ। ਉੱਥੇ ਇਹ ਵੀ ਗੱਲ ਕੀਤੀ ਕਿ ਆਰਥਿਕਤਾ ਦਾ ਇਹਨਾਂ ਨੇ ਜਿੰਨਾ ਕੁ ਜਲੂਸ ਕੱਢ ਦਿੱਤਾ ਆ ਪੰਜਾਬ ਦਾ ਆਪਣੇ ਰਾਜ ਦੇ ਵਿੱਚ, ਉਹਨਾਂ ਦਾ ਲੇਖਾ ਜੋਖਾ ਜਿਹੜਾ ਹੈਗਾ ਉਹ ਕੌਣ ਦੇਵੇਗਾ। ਪੰਜਾਬ ਦੀ ਜਿਹੜੀ ਬੋਲੀ, ਜਿਹੜਾ ਕਿ ਪ੍ਰਕਾਸ਼ ਬਾਦਲ ਨੇ ਆਪਣੀ ਜਦੋਂ ਪਹਿਲੀ ਵਾਰ ਜਿੱਤਦਾ ਤੇ ਉਦੋਂ ਉਹਦੇ ਮੈਨੀਫੈਸਟੋ ਦੇ ਵਿੱਚ ਇਹ ਸੀਗਾ ਕਿ ਪੰਜਾਬੀ ਨੂੰ ਸਰਕਾਰੀ ਬੋਲੀ ਬਣਾਤਾ ਜਾਏਗਾ, ਪਰ ਅੱਜ ਵੀ ਸਕੂਲਾਂ ਦੇ ਵਿੱਚ ਜਿੱਥੇ ਪੰਜਾਬੀ ਬੋਲਣ ਵਾਲੇ ਬੱਚੇ ਨੂੰ ਸਜ਼ਾ ਦਿੱਤੀ ਜਾਂਦੀ ਹੈ ਔਰ ਉਸ ਬੱਚੇ ਦੇ ਜ਼ਹਿਨ ਦੇ ਵਿੱਚ ਉੱਕਰ ਜਾਂਦਾ ਸ਼ੁਰੂ ਤੋਂ ਹੀ ਕਿ ਸ਼ਾਇਦ ਜੇਕਰ ਮੈਂ ਪੰਜਾਬੀ ਬੋਲ ਰਿਹਾ ਤੇ ਹੋ ਸਕਦਾ ਮੈਂ ਕੋਈ ਗੁਨਾਹ ਕਰ ਰਿਹਾ ਹੋਵਾਂ। ਇੱਕ ਬਹੁਤ ਹੀ ਦੀਰਘ ਕਿਸਮ ਦੇ ਇੱਕ ਅਹਿਸਾਸ ਕਮਤਰੀ ਦੇ ਵਿੱਚ ਉਹ ਨਿਕਲਦਾ ਉਹ ਵਿਦਿਆਰਥੀ, ਇੱਕ ਬੜਾ ਸਟਲ ਉਹਨਾਂ ਦੀ ਇਨਫੀਰੀਓਰਟੀ ਕੰਪਲੈਕਸ ਦੇ ਵਿੱਚ ਉਹ ਜਾਂਦਾ ਕਿ ਜੇ ਮੈਂ ਪੰਜਾਬੀ ਬੋਲਾਂਗਾ ਤੇ ਸ਼ਾਇਦ ਮੈਂ ਕੋਈ ਗਲਤੀ ਕਰ ਰਿਹਾ ਹੋਵਾਂ। ਮਗਰ ਇਹੀ ਕਾਰਨ ਹੈ ਕਿ ਪੰਜਾਬੀ ਨੂੰ ਅੱਜ ਉੱਥੇ ਉਜੱਡਾਂ ਦੀ ਜਿਹੜੀ ਭਾਸ਼ਾ ਜਿਹੜੀ ਹੈਗੀ ਆ ਉਹਨੂੰ ਬੱਚੇ ਨੇ ਜਿਹੜੇ ਸਾਡੇ ਉਹ ਮੰਨਦੇ ਨੇ, ਪਰ ਇਹਦੇ ਵਿੱਚ ਪ੍ਰਕਾਸ਼ ਬਾਦਲ ਹੋਣੀ ਜਾਂ ਇਹਨਾਂ ਦੀ ਜਿਹੜੀ ਹੈਗੀ ਅਗਲੀ ਅਗਲਾ ਜਿਹੜਾ ਇਹਨਾਂ ਦਾ ਕਲੈਨ ਪੂਰੇ ਦਾ ਪੂਰਾ ਹੈਗਾ, ਇਹਨਾਂ ਦੀ ਜੁੰਡਲੀ ਜਿਹੜੀ ਹੈਗੀ ਅਕਾਲੀਆਂ ਦੀ, ਅਕਾਲੀ ਤਾਂ ਵੈਸੇ ਨਹੀਂ ਰਹੇ ਐੜਾ ਲਾਭ ਤਾਂ ਜਾਵੇ ਤੇ ਇਹ ਅਕਾਲੀ ਦਲ ਤੋਂ ਵੱਧ ਕੁਛ ਨੀ ਹੈਗਾ। ਇਹਨਾਂ ਦੇ ਕੋਲ ਕਾਲੇ ਲੇਖ ਨੇ, ਕਾਲੇ ਕਰਮ ਨੇ ਜਿਹੜੇ ਕਿ ਪੰਜਾਬ ਦੀ ਪੂਰੀ ਜਿਹੜੇ ਪੂਰੇ ਨਕਸ਼ੇ ਨੂੰ ਕਾਲਾ ਕਰ ਰਹੇ ਨੇ ਜੀ। ਇਹ ਸਾਰੀਆਂ ਗੱਲਾਂ ਉੱਥੇ ਕੀਤੀਆਂ ਗਈਆਂ ਔਰ ਬੜੀ ਹੈਰਾਨੀ ਮੈਨੂੰ ਖੁਦ ਨੂੰ ਇਸ ਗੱਲ ਦੀ ਹੋ ਰਹੀ ਸੀ 20-25 ਮਿੰਟ ਦੇ ਆਪਣੀ ਜਿਹੜੇ ਸੰਬੋਧਨ ਦੇ ਵਿੱਚ ਕਿ ਮੈਨੂੰ ਇਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ ਇਹ ਅਹਿਸਾਸ ਹੋ ਰਿਹਾ ਸੀ ਕਿ ਜਿਵੇਂ ਮੈਂ ਉਹਨਾਂ ਦੇ ਢਿੱਡ ਦੀ ਗੱਲ ਕਰ ਰਿਹਾ ਹੋਵਾਂ। ਉਹ ਲੋਕ ਜਿਹੜੇ ਬਾਦਲ ਦਲ ਦੀ ਦੇ ਟੇਬਲਾਂ ਤੇ ਬੈਠੇ ਹੋਏ ਸਨ ਜਾਂ ਉਹਨਾਂ ਦੀ ਇਨਵੀਟੇਸ਼ਨ ਦੇ ਉੱਤੇ ਆਏ ਸਨ ਜਾਂ ਉਹਨਾਂ ਦੇ ਵੱਲੋਂ ਪ੍ਰੇਰ ਕੇ ਲਿਆਂਦੇ ਗਏ ਸਨ, ਉਹ ਕਿਸੇ ਵੀ ਤਰੀਕੇ ਦਾ ਜਿਹੜਾ ਰਿਐਕਸ਼ਨ ਉਹਨਾਂ ਦੇ ਵੱਲੋਂ ਨਹੀਂ ਸੀ ਆ ਰਿਹਾ ਔਰ ਜਿਹਦੇ ਵੱਲ ਵੀ ਮੇਰੀ ਨਿਗਾਹ ਜਾਂਦੀ ਸੀ ਉਹ ਕਿਤੇ ਨਾ ਕਿਤੇ ਮੈਨੂੰ ਇਹ ਫੀਲ ਹੋ ਰਿਹਾ ਸੀ ਕਿ ਉਹ ਸ਼ਾਬਾਸ਼ ਦੇ ਰਿਹਾ ਔਰ ਉਸ ਪੂਰੀ ਦੀ ਪੂਰੀ ਕਾਂਗਰੀਗੇਸ਼ਨ ਦੇ ਵਿੱਚ, ਉਸ ਪੂਰੇ ਦੇ ਪੂਰੇ ਇਕੱਠ ਦੇ ਵਿੱਚ ਮੈਨੂੰ ਕੋਈ ਰਿਟੈਲੀਏਸ਼ਨ ਦੇਖਣ ਨੂੰ ਨਹੀਂ ਮਿਲੀ। ਜੇ ਉਹ ਰਿਟੈਲੀਏਸ਼ਨ ਦੇਖਣ ਨੂੰ ਨਹੀਂ ਮਿਲੀ ਤੇ ਇਹਦਾ ਮਤਲਬ ਇਹ ਸੀ ਕਿ ਕਿਤੇ ਨਾ ਕਿਤੇ ਜਿਹੜੇ ਉਹ ਲੋਕ ਸਨ ਜਿਹੜਾ ਉਹ ਇਕੱਠ ਸੀ ਉਹ ਇਸ ਗੱਲ ਦੀ ਸਹਿਮਤੀ ਦੇ ਰਿਹਾ ਸੀ ਕਿ ਜਿਹੜੇ ਇਹ ਸਵਾਲ ਸਨ ਜਿਹਨਾਂ ਸਵਾਲਾਂ ਦੇ ਜਵਾਬ ਇਹ ਕੋਈ ਵੀ ਇਹਨਾਂ ਦਾ ਮੰਤਰੀ, ਇਹਨਾਂ ਦਾ ਸੰਤਰੀ, ਇਹਨਾਂ ਦੇ ਅਹੁਦੇਦਾਰ, ਇਹਨਾਂ ਦੇ ਕੋਈ ਵੀ ਜਿਹੜੇ ਇਹਨਾਂ ਦੇ ਪ੍ਰਬੰਧਕੀ ਜਿਹੜੇ ਲੋਕ ਨੇ ਉਹ ਨਹੀਂ ਦੇ ਸਕੇ ਔਰ ਇਸ ਗੱਲ ਦਾ ਲੋਕਾਂ ਨੂੰ ਵੀ ਬੜਾ ਸ਼ਿੱਦਤ ਦੇ ਨਾਲ ਇਸ ਚੀਜ਼ ਦੀ ਸਮਝ ਸੀ ਕਿ ਜਦੋਂ ਵੀ ਚਾਹੇ ਉਹ ਤੋਤਾ ਸਿੰਘ ਚਾਹੇ ਉਹ ਮਲੂਕਾ ਜਿਹੜਾ ਜਿਹਦੀਆਂ ਵੀਡੀਓਜ਼ ਨੇ ਆਪਣੇ ਯੂਟਿਊਬ ਦੇ ਉੱਤੇ ਕਿ ਕਿਸ ਤਰੀਕੇ ਨਾਲ ਉਹ ਪੰਜਾਬ ਦੀਆਂ ਜਿਹੜੀਆਂ ਧੀਆਂ ਨੇ ਉਹਨਾਂ ਦੇ ਨਾਲ ਹੱਥੋਂ ਪਾਈ ਹੋ ਰਿਹਾ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਚੁੰਨੀਆਂ ਤੋਂ ਫੜ ਫੜ ਉਹਨਾਂ ਨੂੰ ਲਤਾੜਿਆ ਜਾ ਰਿਹਾ ਔਰ ਇਹ ਬੰਦਾ ਮਲੂਕੇ ਵਰਗੇ ਬੰਦੇ ਜਿਹੜੇ ਨੇ ਇੱਥੇ ਆ ਕੇ ਇਹ ਗੱਲ ਦਾ ਢੰਡੋਰਾ ਪਿੱਟਦੇ ਨੇ ਕਿ ਜੇ ਦੇਖੋ ਜੀ ਕੈਨੇਡਾ ਦੀ ਜਿਹੜੀ ਪੁਲਿਸ ਆ ਉਹ ਬਿਲਕੁਲ ਨਕਾਰਾ ਹੋ ਚੁੱਕੀ ਆ ਔਰ ਉਹ ਜਿਹੜੀ ਹੈਗੀ ਆ ਕਿਸੇ ਵੀ ਤਰੀਕੇ ਜਿਹੜੇ VIP ਆਪਣੇ ਆਪ ਨੂੰ ਉਹ VIP ਦੱਸ ਰਿਹਾ ਕਿਉਂਕਿ ਕਿਸ ਕਲਚਰ ਦੀ ਇੱਕ ਰਹਿਨੁਮਾਈ ਕਰ ਰਿਹਾ, ਕਿਸ ਕਲਚਰ ਨੂੰ ਇੱਥੇ ਰਿਪ੍ਰੈਜੈਂਟ ਕਰ ਰਿਹਾ ਉਹ ਸਾਡੇ ਸਾਹਮਣੇ ਇਹ ਆਉਂਦੀ। ਉਹ ਅੱਜ ਵੀ ਆਪਣੇ ਆਪ ਨੂੰ ਕਹਿਣਾ ਤਾਂ ਇਹਨਾਂ ਨੂੰ ਲੋਕਾਂ ਦੇ ਕੂਕਰ ਚਾਹੀਦਾ ਸੀ, ਲੋਕਾਂ ਦੇ ਸੇਵਾਦਾਰ ਚਾਹੀਦਾ ਸੀ, ਪਰ ਅੱਜ ਵੀ ਉਹ ਜਿਹੜੀ ਹੈਂਕੜ ਆ ਜਿਹੜੀ ਪੰਜਾਬ ਦੇ ਵਿੱਚੋਂ ਇਹ ਇੰਪੋਰਟ ਕਰਕੇ ਇੱਧਰ ਲਿਆ ਰਹੇ ਨੇ ਆਪਣੇ ਆਪ ਨੂੰ ਅੱਜ ਵੀ ਉਹ VIP ਦੱਸਦਾ ਕਿ ਸਾਡੀ ਜਿਹੜੀ ਹੈਗੀ ਆ ਜਿਹੜੀ ਕੈਨੇਡਾ ਦੀ ਪੁਲਿਸ ਦੇ ਵੱਲੋਂ ਸਾਡੀ ਕੋਈ ਸੁਰੱਖਿਆ ਨਹੀਂ ਕੀਤੀ ਗਈ, ਜਦਕਿ ਕੈਨੇਡਾ ਦੀ ਪੁਲਿਸ ਜਿਹੜੀ ਇੱਕ ਬਹੁਤ ਵਧੀਆ ਪੁਲਿਸ ਹੈ, ਉਹਨਾਂ ਨੂੰ ਪਤਾ ਕਿ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦਾ ਵੱਖਰਾ ਇੱਕ ਉਹਨਾਂ ਦੇ ਵੱਖਰੇ ਆਪਣੇ ਰਾਈਟਸ ਨੇ, ਹੱਕ ਨੇ, ਤੇ ਜਿਹੜੇ ਅੰਦਰ ਮੀਟਿੰਗਾਂ ਕੋਈ ਕਰ ਰਹੇ ਨੇ ਉਹਨਾਂ ਦੇ ਆਪਣੇ ਵੱਖਰੇ ਹੱਕ ਨੇ, ਉਹਨਾਂ ਨੇ ਕਿਸੇ ਦੇ ਵੀ ਹੱਕ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕੀਤੀ ਕਿਉਂਕਿ ਉਹ ਕੈਨੇਡੀਅਨ ਪੁਲਿਸ ਜ਼ਰੂਰ ਸਾਨੂੰ ਫੜਦੀ ਜੇਕਰ ਰਿਟੈਲੀਏਸ਼ਨ ਹੁੰਦੀ ਲੋਕਾਂ ਦੇ ਵਿੱਚੋਂ, ਪਰ ਲੋਕ ਜਿਹੜੇ ਇਹ ਗੱਲ ਦੇ ਉੱਤੇ ਆਮਾਦਾ ਸਨ, ਲੋਕ ਜਿਹੜੇ ਇਸ ਗੱਲ ਨੂੰ ਚਾਹੁੰਦੇ ਸਨ ਕਿ ਕੋਈ ਨਾ ਕੋਈ ਗੱਲ ਕੀਤੀ ਜਾਵੇ ਜਿਹੜੀ ਕਿ ਰਵਾਇਤ ਤੋਂ ਥੋੜੀ ਪਰਾਂ ਦੀ ਹੋਵੇ, ਕਿ ਰਵਾਇਤ ਕੀ ਆ
ਉਹਨਾਂ ਤੋਂ ਸਿੰਪਲ ਜੇ ਸਵਾਲ ਪੁੱਛ ਲਏ ਜਾਂਦੇ ਨੇ ਔਰ ਉਹਨਾਂ ਦੇ ਉਹ ਗੋਲ ਮੋਲ ਜਵਾਬ ਦਿੰਦੇ ਨੇ। ਤੋਤਾ ਸਿੰਘ ਨੂੰ ਕੋਈ ਇਹ ਪੁੱਛ ਲੈਂਦਾ ਕਿ ਤੋਤਾ ਸਿੰਘ ਜੀ ਉੱਥੇ ਸੜਕਾਂ ਦੇ ਉੱਤੇ ਹਰ ਰੋਜ਼ ਦੀ ਘਟਨਾ ਦੇ ਵਿੱਚ ਪੰਜ ਪੰਜ ਛੇ ਛੇ ਬੱਚੇ ਜਿਹੜੇ ਨੇ ਜਾਂ ਪੰਜ ਛੇ ਛੇ ਜਿਹੜੇ ਲੋਕ ਨੇ ਉਹ ਮਾਰੇ ਜਾਂਦੇ ਨੇ ਤੇ ਉਹਨਾਂ ਦਾ ਅੱਗੇ ਇਹ ਜਵਾਬ ਬੜੀ ਬੇਸ਼ਰਮੀ ਦੇ ਨਾਲ ਬੜੀ ਬੇਗੈਰਤੀ ਦੇ ਨਾਲ ਉਹ ਇਸ ਗੱਲ ਦਾ ਜਵਾਬ ਦਿੰਦੇ ਨੇ ਕਿ ਕੈਨੇਡਾ ਅਮਰੀਕਾ ਦੀਆਂ ਸੜਕਾਂ ਤੇ ਐਕਸੀਡੈਂਟ ਨਹੀਂ ਹੁੰਦੇ। ਜੀ ਤੋਤਾ ਸਿੰਘ ਨੂੰ ਜਾਂ ਮਲੂਕੇ ਵਰਗੇ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਦੋਂ ਐਕਸੀਡੈਂਟ ਹੁੰਦੇ ਨੇ ਉੱਥੇ ਐਂਬੂਲੈਂਸ ਆਉਂਦੀ ਆ, ਉੱਥੇ ਪੁਲਿਸ ਦੀਆਂ ਗੱਡੀਆਂ ਆਉਂਦੀਆਂ ਨੇ, ਉੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਉਂਦੀਆਂ ਨੇ ਜੇਕਰ ਲੋੜ ਪੈਂਦੀ ਆ, ਤੇ ਉੱਥੇ ਏਅਰਲਿਫਟਿੰਗ ਦੇ ਲਈ ਲੋਕਾਂ ਨੂੰ ਤੋਂ ਜਿਹੜੇ ਹੈਲੀਕਾਪਟਰ ਜਿਹੜੇ ਉੱਥੇ ਭੇਜੇ ਜਾਂਦੇ ਨੇ ਕਿ ਇਹੋ ਜਿਹੀ ਸੁਵਿਧਾ ਇਹੋ ਜਿਹੀ ਕੋਈ ਸਰਵਿਸ ਪੰਜਾਬ ਦੇ ਲੋਕਾਂ ਨੂੰ ਹੈ। ਉਹ ਇੱਕ ਪਾਸਾ ਹੀ ਕਿਉਂ ਦੇਖਦੇ ਨੇ? ਜੇਕਰ ਉਹਨਾਂ ਨੂੰ ਇਹ ਲੱਗਦਾ ਕਿ ਪੰਜਾਬ ਚ ਰੇਪ ਹੋ ਰਹੇ ਨੇ ਤੇ ਅਗਲਾ ਜਵਾਬ ਉਹ ਇਹ ਦੇ ਰਹੇ ਨੇ ਕਿ ਅਮਰੀਕਾ ਚ ਰੇਪ ਨਹੀਂ ਹੁੰਦੇ, ਬਿਲਕੁਲ ਹੁੰਦੇ ਆ, ਅਸੀਂ ਕਦੋਂ ਕਹਿੰਦੇ ਅਮਰੀਕਾ ਕੈਨੇਡਾ ਚ ਰੇਪ ਨਹੀਂ ਹੁੰਦੇ, ਪਰ ਜੇ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਕੰਪੈਰੀਜ਼ਨ ਕਰਨਾ ਫਿਰ ਉਹ ਕੰਪੈਰੀਜ਼ਨ ਇਹ ਕਿਉਂ ਨਹੀਂ ਕਰਦੇ ਕਿ ਜੇਕਰ ਪੰਜਾਬ ਦੇ ਵਿੱਚ ਰੇਪ ਹੁੰਦੇ ਨੇ ਅਮਰੀਕਾ ਚ ਵੀ ਹੁੰਦੇ ਨੇ, ਪੰਜਾਬ ਦੇ ਵਿੱਚ ਐਕਸੀਡੈਂਟ ਹੁੰਦੇ ਨੇ ਤੇ ਕੈਨੇਡਾ ਦੇ ਵਿੱਚ ਵੀ ਹੁੰਦੇ ਨੇ, ਤੇ ਫਿਰ ਕੈਨੇਡਾ ਦੇ ਵਿੱਚ ਤਾਂ ਲੋਕੀ ਆਪਣਾ ਹੱਕ ਮੰਗਦੇ ਨੇ, ਲੋਕੀ ਕਹਿੰਦੇ ਨੇ ਕਿ ਅਸੀਂ ਵੱਖਰੇ ਹੋਣਾ, ਤੇ ਉਹ ਪੰਜਾਬ ਦੇ ਵਿੱਚ ਕਿਉਂ ਨਹੀਂ ਕਹਿ ਸਕਦੇ? ਇਹੋ ਜਿਹੀ ਜਿਹੜੀਆਂ ਪਰਿਭਾਸ਼ਾਵਾਂ ਨੇ ਉਹ ਤੋਤਾ ਸਿੰਘ ਜਾਂ ਮਲੂਕੇ ਵਰਗੇ ਜਿਹੜੇ ਲੋਕ ਇੱਥੇ ਆਉਂਦੇ ਨੇ, ਦਲਜੀਤ ਚੀਮੇ ਵਰਗੇ ਜਿਹੜੇ ਲੋਕ ਇੱਥੇ ਆਉਂਦੇ ਨੇ ਆਪਣੇ ਆਪ ਨੂੰ ਪੜ੍ਹੇ ਲਿਖੇ ਕਹਾਉਂਦੇ ਨੇ, ਉਹ ਇੱਕ ਪਾਸੇ ਦੀ ਗੱਲ ਕਿਉਂ ਸੋਚਦੇ ਨੇ? ਬਿਲਕੁਲ ਬਿਲਕੁਲ, ਜੇਕਰ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਰੇਪ ਹੁੰਦੇ ਨੇ ਤੇ ਉੱਥੋਂ ਦਾ ਕਨਵਿਕਸ਼ਨ ਰੇਟ ਤੁਸੀਂ ਦੇਖੋ, ਜੇਕਰ ਉਹਨਾਂ ਦਾ ਰੇਟ ਜਿਹੜਾ ਹੈਗਾ ਅਮਰੀਕਾ ਕੈਨੇਡਾ ਦਾ ਰੇਟ ਜਿਹੜਾ ਕਨਵਿਕਸ਼ਨ ਰੇਟ 40% ਤੋਂ ਉੱਤੇ ਆ, ਉਹੀ ਰੇਟ ਜਿਹੜਾ 1% ਤੋਂ ਘੱਟ ਆ ਉਸ ਮੁਲਕ ਦੇ ਵਿੱਚ, ਤੇ ਇਹਨਾਂ ਦੀਆਂ ਅੱਖਾਂ ਬੰਦ ਨੇ, ਇਹਨਾਂ ਦੀਆਂ ਅੱਖਾਂ ਬੰਦ ਨੇ ਕਿ ਉਹ ਵੀ ਜੇ ਕਨਵਿਕਸ਼ਨ ਰੇਟ 1% ਤੋਂ ਘੱਟ ਆ, ਇਹਦਾ ਮਤਲਬ ਕਿ ਇਹਨਾਂ ਦੀ ਜਿਹੜੀ ਨਿਆਂ ਪਾਲਿਕਾ ਆ ਉਹ ਬਿਲਕੁਲ ਨਖਿੰਦ ਹੋ ਚੁੱਕੀ ਆ। ਜੇਕਰ ਉੱਥੇ ਲੋਕਾਂ ਦੀਆਂ ਸੇਵਾਵਾਂ ਦੇ ਲਈ ਉੱਥੇ ਐਂਬੂਲੈਂਸ ਨਹੀਂ ਪਹੁੰਚਦੀਆਂ, ਇਹਦਾ ਮਤਲਬ ਉਹ ਸਰਵਿਸ ਨਿਖਿੱਧ ਹੋ ਚੁੱਕੀ ਆ। ਹਾਂ, ਐਂਬੂਲੈਂਸ ਦੇ ਉੱਤੇ ਇਹ ਤਾਂ ਜ਼ਰੂਰੀ ਹੋ ਗਿਆ ਕਿ ਪ੍ਰਕਾਸ਼ ਬਾਦਲ ਦੀ ਜਿਹੜੀ ਇੱਕ ਫੋਟੋ ਆ ਉਹ ਲੱਗਣੀ ਜ਼ਰੂਰੀ ਆ, ਪਰ ਉਹਨਾਂ ਦੇ ਕੋਲ ਸਰਵਿਸ ਕੋਈ ਨਹੀਂ ਲਈ ਜਾਂਦੀ। ਮੈਂ ਇਹ ਗੱਲ ਸਿਰਫ ਤਾਂ ਕਰ ਰਿਹਾ ਕਿ ਇਹ ਬਹੁਤ ਛੋਟੇ ਮਸਲੇ ਨੇ। ਹਰਪ੍ਰੀਤ ਵੀਰ ਜੀ, I'm so sorry to cut you because ਸਾਡਾ ਵਕਤ ਵੀ ਉਨਾ ਲਿਮਿਟਡ ਹੁੰਦਾ। ਆਈ ਨੋ ਕਿ ਤੁਸੀਂ ਇਸ ਮੁੱਦੇ ਦੇ ਉੱਪਰ ਬਹੁਤ ਜ਼ਿਆਦਾ ਲੰਬੀ ਗੱਲਬਾਤ ਕਰ ਸਕਦੇ ਹੋ, ਬਿਕੋਜ਼ ਤੁਸੀਂ ਸਪੀਚ ਵੀ ਦਿੱਤੀ ਹੈ, ਅਸਲੀਅਤ ਵੀ ਦਿਖਾਈ ਹੈ ਇਹਨਾਂ ਅਕਾਲੀਆਂ ਦੇ ਨਾਲ, ਐਂਡ ਹੋਪਫੁਲੀ ਸ਼ੇਮਫੁਲੀ ਦੇ ਵੈਂਟ ਬੈਕ, ਐਂਡ ਪਤਾ ਨਹੀਂ ਕਿਸ ਤਰ੍ਹਾਂ ਬਾਦਲ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਦਾ ਦੌਰਾ ਬਹੁਤ ਸਫਲ ਹੋਇਆ, ਪਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕਿ ਕਿਸ ਤਰ੍ਹਾਂ ਇਹਨਾਂ ਦੇ ਦੌਰੇ ਸਫਲ ਹੋ ਰਹੇ ਨੇ ਹੋਰ ਵੀ ਬਾਕੀ ਦੇਸ਼ਾਂ ਦੇ ਵਿੱਚ। ਪਰ ਥੈਂਕ ਯੂ ਸੋ ਮੱਚ ਕਿ ਤੁਸੀਂ ਇਸ ਟੋਰਾਂਟੋ ਦੇ ਵਿੱਚ ਜੋ ਵੀ ਹੋਇਆ ਤੁਸੀਂ ਉਸਦੇ ਬਾਰੇ ਟੋਰਾਂਟੋ ਵਿੱਚ ਕੀ ਵਾਪਰਿਆ ਪੂਰੇ ਸਾਰੇ ਦਰਸ਼ਕਾਂ ਨਾਲ ਇਹ ਸਾਂਝ ਪਾਈ ਹੈ। ਸੋ ਥੈਂਕ ਯੂ ਸੋ ਮੱਚ, ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਮੈਂ ਇੰਨਾ ਕੁ ਜ਼ਰੂਰ ਕਹਾਂਗਾ ਕਿ ਸਾਨੂੰ ਹੁਣ ਉੱਠਣ ਦੀ ਜ਼ਰੂਰਤ ਹੈ, ਸਾਨੂੰ ਕਰਨਾ ਪੈਣਾ, ਔਰ ਇੰਨੀ ਕੁ ਗੱਲ ਜਿਹੜੀ ਕਹਿੰਦਾ ਹੋਇਆ ਮੈਂ ਤੁਹਾਡੇ ਤੋਂ ਵਿਦਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਜ਼, ਇਸ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ 'ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।